ਸਿੰਘ ਜੀ ਉਸ ਲੰਗਰ ਤੋਂ ਬਾਅਦ ਇੱਥੇ ਆ ਕੇ ਕੈਮਿਸਟ ਸ਼ੋਪ ਤੇ ਦਵਾਈਆਂ ਡਿਸਟ੍ਰੀਬਿਊਸ਼ਨ ਮਰੀਜ਼ ਇੱਥੇ ਵੀ ਆ ਜਾਂਦੇ ਆ ਔਰ ਇਹ ਇੱਕੋ ਹੀ ਚੱਲਦਾ ਰਹਿੰਦਾ ਹੈ। ਸੁਖਵਿੰਦਰ ਵੀਰੇ ਕਿਵੇਂ ਸਿਸਟਮ ਚੱਲ ਰਿਹਾ ਦੱਸੋ ਯਾਰ। ਸਭ ਨੂੰ ਡਿਸਟ੍ਰੀਬਿਊਟ ਹੋ ਗਈ ਸ਼ਾਮ ਨੂੰ। ਇਹ ਕਿਆ ਪੈਕਟ ਬਣੇ ਹੋਏ ਆ? ਇਹ ਸਾਰੇ ਜਿੰਨੇ ਜਿੰਨੇ ਆਪਾਂ ਸੇਵਾ ਕਰ ਸਕਦੇ ਹਾਂ ਤੇ ਦਵਾਈ ਦੇ ਆ ਸ਼ਾਮ ਨੂੰ ਦਿੱਤੇ ਜਾਣਗੇ। ਦਵਾਈਆਂ ਦੇ ਪੈਕਟ ਬਣੇ ਹੋਏ ਇਹ ਹੁਣ ਦਿੱਤੇ ਜਾਣਗੇ ਨਾ। ਹਾਂਜੀ ਹਾਂਜੀ। ਤੇ ਪਰਮਿਸ਼ਨ ਮਿਲਵਾਓਗੇ ਮਾੜਾ ਜਿਹਾ? ਅੱਛਾ ਕਿਆ ਦਾ ਕਿਆ ਇਹਨਾਂ ਦਵਾਈ ਕਿਆ ਇਹਨਾਂ ਦੀ? ਹਾਈਜ਼ੋਨ ਦੀ ਟੈਬਲੇਟ। ਤੁਹਾਡਾ ਆਪਰੇਸ਼ਨ ਵੀ ਹੋਣਾ ਜਲਦੀ ਆਉਣ ਵਾਲੇ ਟਾਈਮ 'ਚ ਹੈ ਨਾ, ਤੇ ਸੰਗਤ ਵੱਲੋਂ ਆਪਰੇਸ਼ਨ ਵੀ ਰਹੇਗਾ ਇਹਦਾ, ਹੈ ਨਾ, ਸਪੋਂਸਰ ਰਹੇਗਾ। ਪਿਛਲੀ ਵਾਰ 56,000 ਰੁਪਏ ਦਾ ਸਮਾਨ ਆਇਆ ਹੈ ਨਾ, ਇਸ ਵਾਰ ਸੰਗਤ ਵੱਲੋਂ ਰਹੇਗਾ, ਠੀਕ ਹੈ? ਪੈਸੇ ਨਹੀਂ ਕਰਦੇ। ਇਹ ਇਹਨਾਂ ਦੇ ਮਾਤਾ ਜੀ ਹੈ ਨਾ, ਕਿੱਥੋਂ ਆਏ ਤੁਸੀਂ? ਅਸੀਂ ਕੁੰਬੜਾ ਤੋਂ ਆਏ। ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਨਾ ਇਹ, ਹੈ ਨਾ। ਇਹਨਾਂ ਦੇ ਪਿਤਾ ਜੀ ਵੀ ਨਹੀਂ ਹੈਗੇ। ਔਰ ਇਸ ਤਰ੍ਹਾਂ ਕਿ ਸਾਰੇ ਪੇਸ਼ੈਂਟਾਂ ਦੀ ਲਗਾਤਾਰ ਦਵਾਈਆਂ ਦੀ ਸੇਵਾ ਦੇ ਲੰਗਰ ਚੱਲ ਰਹੇ ਨੇ। ਟਿਊਜ਼ਡੇ ਮਾਰਨਿੰਗ 3 ਸਾਲ ਤੋਂ ਲੰਗਰ ਚੱਲ ਰਿਹਾ ਹੈ 1 ਨੰਬਰ ਗੇਟ PGI ਐਮਰਜੈਂਸੀ ਦੇ ਬਾਹਰ। ਤੁਸੀਂ ਉੱਥੇ ਆ ਕੇ ਸੇਵਾ ਦੇ ਵਿੱਚ ਜ਼ਰੂਰ ਸਹਿਯੋਗ ਪਾਇਆ ਕਰੋ। ਸਾਰੀ ਸੰਗਤ ਨੂੰ ਬੇਨਤੀ ਹੈ ਤੇ ਤੁਸੀਂ ਆਨਲਾਈਨ ਸੇਵਾ ਦਾ ਜ਼ਰੂਰ ਨਿਭਾ ਸਕਦੇ ਹੋ। ਵੀਡੀਓਜ਼ ਨੂੰ ਸ਼ੇਅਰ ਕਰਕੇ ਤੁਹਾਨੂੰ ਇੰਸਟਾਗ੍ਰਾਮ ਤੋਂ ਲੈ ਕੇ ਫੇਸਬੁੱਕ ਔਰ ਵਟਸਐਪ ਤੇ ਮਿਲ ਰਹੇ ਨੇ, ਸੋ ਇਹ ਸੇਵਾ ਜ਼ਰੂਰ ਨਿਭਾਇਆ ਕਰੋ। ਤੁਸੀਂ ਮੈਨੂੰ ਜਦ ਫੋਨ ਕੀਤਾ ਸੀ ਤਾਂ PGI ਦੇ ਬਾਹਰ ਖੜੇ ਸੀ, ਕਿਹਾ ਪਾਰਕ ਜਿਹੇ ਵਿੱਚ ਬੈਠਾ ਸੀ ਜੀ, ਤੇ ਤੁਹਾਨੂੰ ਰਿਕੁਐਸਟ ਕੀਤੀ ਸੀ ਵੀ ਮੈਨੂੰ ਦਵਾਈ ਮਿਲ ਜਾਵੇ ਕਿਉਂਕਿ ਮੈਨੂੰ ਪ੍ਰੋਬਲਮ ਹੈ। ਮੈਂ ਘਰ ਦਾ ਖਰਚਾ ਬੜਾ, ਗੁਜ਼ਾਰਾ ਬੜਾ ਔਖਾ ਚੱਲ ਰਿਹਾ, 2 ਬੱਚੇ ਨੇ, ਇੱਕ ਤਾਂ ਜੀ ਸਿਰ 'ਤੇ ਨਹੀਂ ਗਏ, ਘਰ ਦਾ ਗੁਜ਼ਾਰਾ ਹੀ ਇੰਨਾ ਔਖਾ ਚੱਲ ਰਿਹਾ ਕਿ ਮੈਂ ਦਵਾਈ ਲੈਣ ਜੋ ਕਰ ਹੈ ਨਹੀਂ। ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਮੈਨੂੰ ਦਵਾਈ ਲੈ ਕੇ ਕਰੋ। ਦਵਾਈ ਬੜੀ ਕੋਸਟਲੀ ਹੈ ਜਿਹੜੀ ਮੈਂ ਲੈ ਨਹੀਂ ਸਕਦੀ। ਸਾਰੀ ਉਮਰ ਖਾਣੀ? ਸਾਰੀ ਉਮਰ ਖਾਣੀ ਹੈ ਜੀ ਮੇਰੀ, ਰਾਮ ਬਸ ਉਹ ਬਾਹਰ ਹੈ ਜੀ, ਮੈਂ ਨਹੀਂ ਲੈ ਸਕਦਾ, ਇਸੇ ਕਰਕੇ ਮੈਂ ਤੁਹਾਡੇ ਕੋਲ ਹਾਂ। ਹਫ਼ਤੇ ਦਵਾਈ ਲੈ ਕੇ ਚੱਲੇ ਹੋ? ਹਾਂਜੀ, ਹਫ਼ਤੇ ਦਵਾਈ ਲੈ ਕੇ ਜੇ ਰਹੇ ਹਾਂ ਤੇ ਆਪਣੇ 10 ਦਿਨ ਵਧੀਆ ਨਿਕਲ ਜਾਣਗੇ। ਉਹ ਕਾਰਡ ਬਣਵਾ ਸੰਗਤ ਜੀ, ਜੇ ਤਾਂ ਪੋਰ ਕੋਈ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਸਾਰੀ ਉਮਰ ਇਹਨਾਂ ਦੀ ਦਵਾਈਆਂ ਚੱਲਣੀਆਂ ਜੋ ਕਿ ਮਹੀਨੇ ਦੀ 5.5-6 ਹਜ਼ਾਰ ਰੁਪਏ ਦੀ ਦਵਾਈ ਮਹੀਨੇ ਦੀ ਹੈ, ਸਾਰੀ ਉਮਰ ਚੱਲਣੀ ਹੈ। ਕਿਸੇ ਨੇ ਸੋਨੇ ਲਈ ਬੇਨਤੀ ਨਹੀਂ ਕੀਤੀ, ਕੋਈ ਮਹਿੰਗੇ ਕੱਪੜੇ ਖਰੀਦਣ ਲਈ ਬੇਨਤੀ ਨਹੀਂ ਕੀਤੀ, ਕੋਈ ਲਗਜ਼ਰੀ ਨਹੀਂ ਹੈਗੀ, ਇਹ ਸਰਵਾਈਵਲ ਦੀ ਗੱਲ ਹੈ ਜੀ। ਦਵਾਈ ਜਿਵੇਂ ਸਾਡੇ ਸਰੀਰ ਲਈ ਰੋਟੀ ਹੈ ਨਾ ਭਾਅ ਜੀ, ਰੋਟੀ ਖਾ ਕੇ ਜਿੰਦਾ ਰਹਾਂਗੇ, ਉਹ ਉੱਦਾਂ ਉਹਦੇ ਲਈ ਇਹ ਹੈ ਸੇਮ ਚੀਜ਼ ਨਾ, ਅਤੇ ਦਵਾਈ ਖਾਏਗਾ ਤਾਂ ਇਹ ਜ਼ਿੰਦਗੀ ਅੱਗੇ ਚੱਲੇਗੀ ਨਾ। ਉਹ ਸੰਗਤ ਜੀ, ਇਹ ਟਿਊਜ਼ਡੇ ਮਾਰਨਿੰਗ ਲੰਗਰ ਲਗਾਤਾਰ ਚੱਲ ਰਿਹਾ ਦਵਾਈਆਂ ਦੇ, ਸਾਡੇ ਨਾਲ ਜ਼ਰੂਰ ਸਹਿਯੋਗ ਕਰੋ, ਬਹੁਤ ਜ਼ਰੂਰੀ ਸੇਵਾ ਹੈ, ਬਹੁਤ ਜ਼ਰੂਰੀ ਸੇਵਾ ਹੈ ਨਾ। ਤੁਸੀਂ ਆਪ ਆ ਕੇ ਆਪਣੇ ਹੱਥੋਂ ਹੱਥੀ ਸੇਵਾ ਕਰ ਸਕਦੇ ਹੋ। ਸਵੇਰੇ 6 ਤੋਂ ਲੈ ਕੇ 7:30-8 ਵਜੇ ਤੱਕ PGI ਦੇ ਟਿਊਜ਼ਡੇ ਮਾਰਨਿੰਗ ਹੁੰਦੇ ਹਾਂ ਅਸੀਂ, ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੇਟ ਨੰਬਰ 1 PGI ਐਮਰਜੈਂਸੀ ਦਾ ਜੋ ਮੇਨ ਗੇਟ ਹੈ ਨਾ, ਤੁਸੀਂ ਆਪ ਆ ਸਕਦੇ ਹੋ।